ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਮਨ ਦੀ ਬਾਤ ਦੇ 110ਵੇਂ એપisode ਚ ਤੁੰਦਾ ਸਵਾਗਤ ਹੈ ਮੈਂ ਸ਼ਾਲਾ ਲੇਖ ਇਸ ਵਾਰੀ ਵੀ ਅਸੀਂ ਕੀ ਤੁੰਦੇ ਕਈ ਸਾਰੇ ਸੁਝਾ ਇਨਪੁਟ ਤੇ ਟਿੱਪਣੀਆਂ ਮਿਲੀਆਂ ਨੇ ਤੇ ਸਦਾ ਲਾ ਲੇਖ ਇਸ ਵਾਰੀ ਵੀ ਇਹ ਚੁਣੌਤੀ ਹੈ ਜੇ એપisode ਚ ਕਿਹੜੇ ਕਿਹੜੇ ਵਿਸ਼ੇngੀ ਸ਼ਾਮਲ ਕੀਤਾ ਜਾ ਮਿਗੀ ਸਕਾਰਾਤਮਕਤਾ ਕਰਨੇ ਪਰੋਚ ਦੇ ਇੱਕ ਸ਼ਾਬਦੀਏ ਇੱਕ ਇਨਪੁਟ ਮਿਲੇ ਨੇ ਇੰਦੇ ਚ ਬੜੇ ਸਾਰੇ ਐਸੇ ਦੇਸ਼ਵਾਸੀਆਂ ਦਾ ਜ਼ਿਕਰ ਹੈ ਜਿਹੜੇ ਦੂਏ ਲਈ ਮਿਹਨਤ ਦੇ ਕਿਰਨ ਬਣੀ ਹੈ ਉਹਦੇ ਜੀਵਨ ਚ ਬੇਤਰੀ ਅਨਨੇ ਚ ਜੁਟੇ ਦਿਨ ਸਾਥੀਓ ਕਿਸ਼ਗਧ ਦਿਨੇ ਪ੍ਰੰਤ 8 ਮਾਰਚ ਕੀ ਅਸ ਮਹਿਲਾ ਦਿਵਸ ਮਨਾ ਕੇ ਇੱਕ ਖਾਸ ਦਿਹਾੜਾ ਦੇਸ਼ ਦੀ ਵਿਕਾਸ ਯਾਤਰਾ ਚ ਨਾਰੀ ਸ਼ਕਤੀ ਦੇ ਯੋਗਦਾਨ 기 ਨਮਨ ਕਰਨੇ ਦਾ ਮੌਕਾ ਹੁੰਦਾ ਹੈ ਮਹਾਕਵੀ ਭਰਤੀਆਰ ਜੀ ਹੋਰੇ ਆਖਿਆ ਜੇ ਦੁਨੀਆ ਉਸ ਲੈ ਕੇ ਸਮ੍ਰਿੱਧ ਹੋਗ ਜਿਸਲੇ ਮਹਿਲਾਇਆਂ 기 ਬਰਾਬਰ ਦੇ ਮੌਕੇ ਮਿਲਗਨ ਅੱਜ ਪਰ ਦਿਨ ਨਾਰੀ ਸ਼ਕਤੀ ਹਰ ਖੇਤਰ ਚ ਤਰੱਕੀ ਦੀਆਂ ਨਵੀਆਂ ਉੱਚਾਈਆਂ 기ਛੂਆ ਕਰਦੀ ਹੈ। ਕਸ਼ਬਰੇ ਪਹਿਲੇ ਤਾਂ ਅਗਰ ਕੁੰਨੇ ਸੋਚਿਆ ਖਾ ਜਿਸ ਸਾਡੇ ਦੇਸ਼ਾਂ ਚ ਗਾਂਚ ਰੌਣੀ ਵਾਲੀ ਮਹਿਲਾ ਵੀ ਡਰੋਨ ਡਵਾੰਗਨ ਪਰ ਅੱਜ ਇਹ ਮੁਮਕਿਨ ਹੋਆ ਕਰਤਾ ਹੈ। ਅੱਜ ਤੇ ਗਾਂਹ ਗਾਂਚ ਡਰੋਨ ਦੀਦੀ ਦੀ ਇੰਨੀ ਚਰਚਾ ਹੋਆ ਕਰਦੀ ਹੈ। ਅਰ ਕੁਸਦੀ ਜ਼ਬਾਨ ਪਰ ਨਮੋ ਡਰੋਨ ਦੀਦੀ ਨਮੋ ਡਰੋਨ ਦੀਦੀ ਇਹ ਚਲੀ ਪਿਆ। ਅਰ ਕੋਈ ਇੰਦੇ ਵਿਸ਼ੇ ਚ ਚਰਚਾ ਕਰਾ ਕਰਤਾ। ਇੱਕ ਬੜੀ ਵੱਡੀ ਜਿਗਿਆਸਾ ਪੈਦਾ ਹੋਈ ਹੈ। ਇਸ ਕਰਕੇ ਮੈਂ ਵੀ ਸੋਚਿਆ ਜੇ ਕੀ ਨਹੀਂ ਇਸ ਵਾਰੀ ਮਨ ਕੀ ਬਾਤ ਚ ਇੱਕ ਨਮੋ ਡਰੋਨ ਦੀਦੀ ਕਨੇ ਗੱਲ ਕੀਤੀ ਜਾ ਸਾਡੇ ਕਨੇ ਇਸ ਵੇਲੇ ਨਮੋ ਡਰੋਨ ਦੀਦੀ ਸੁਨੀਤਾ ਜੀ ਜੁੜੀ ਦੀਆਂ ਜਿਹੜੀਆਂ ਉੱਤਰ ਪ੍ਰਦੇਸ਼ ਦੇ ਸੀਤਾਪੁਰth ਮਨ ਆਓ ਉਹਦੇ ਕਨੇ ਗੱਲ ਕਰਨੀਆਂ ਸੁਨੀਤਾ ਦੇਵੀ ਜੀ ਤੁਸੀਂ ਕੀ ਨਮਸਕਾਰ ਨਮਸਤੇ ਸਰ ਅੱਛਾ ਸੁਨੀਤਾ ਜੀ ਪਹਿਲੇ ਮੈਂ ਤੁੰਦੇ ਵਿਸ਼ੇ ਚ ਜਾਨਣਾ ਚਾਹਨਾ ਤੁੰਦੇ ਪਰਿਵਾਰ ਦੇ ਵਿਸ਼ੇ ਚ ਜਾਨਣਾ ਚਾਹਨਾ ਬਿੰਦਕਿਸ਼ ਦੱਸੀ ਦਿਓ ਸਰ ਸਾਡੇ ਪਰਿਵਾਰ ਚ ਦੋਂ ਬੱਚੇ ਨੇ ਆਸਾਂ ਕੈਂਤਨ ਮਾਤਾ ਜੀ ਨੇ ਮੇਰੀਆਂ ਤੁੰਦੀ ਪੜਾਈ ਕਿੰਨੀ ਹੋਈ ਦੀਏ ਸੁਨੀਤਾ ਜੀ ਸਰ ਬੀਏ ਫਾਈਨਲ ਐ ਤੇ ਹੁਮਾ ਘਰ ਚ ਕਾਰੋਬਾਰ ਵਗੈਰਾ ਕੀ ਐ ਕਾਰੋਬਾਰ ਵਗੈਰਾ ਖੇਤੀਬਾੜੀ ਸਰਬੰਧਿਤ ਕਰਨੇ ਆ ਖੇਤੀ ਵਗੈਰਾ ਅੱਛਾ ਸੁਨੀਤਾ ਜੀ ਇਹ ਡਰੋਨ ਦੀਦੀ ਬੰਨੇ ਦਾ ਤੁੰਦਾ ਸਫਰ ਕਿੰਨਾਂ ਸ਼ੁਰੂ ਹੋਆ ਤੁਸੀਂ ਕੀ ਸਿਖਲਾਈ ਕਿਥੇ ਮਿਲੀ ਕਿੰਨਾਂ ਕਿੰਨਾਂ ਬਦਲਾਵ ਕੀ ਆਇਆ ਮੈਂ ਪਹਿਲੇ ਤੁਮਾ ਜਾਨਣਾ ਜੀ ਸਰ ਸਿਖਲਾਈ ਸਰੀ ਫੂਲਪੁਰ ਇਫਕੋ ਕੰਪਨੀ ਚੋ ਹੀ ਇਲਾਬਾਦ ਚ ਤੇ ਉਥੋਂ ਆ ਅਸੀਂ ਗਈ ਸਿਖਲਾਈ ਮਿਲੀ ਹੈ ਤਾਂ ਤਦੋਂ ਤੱਕ ਤੁਸੀਂ ਡਰੋਨ ਦੇ ਵਿਸ਼ੇ ਚ ਸੁਨਿਆ ਹਾ ਕਦੇ ਸਰ ਸੁਨਿਆ ਨਹੀਂ ਹਾ ਇੱਕ ਵਾਰੀ ਇਆਂ ਦਿਖੇ ਕਿਸ਼ੀ ਵਿਗਿਆਨ ਕੇਂਦਰ ਜਿਹੜਾ ਸਿਤਾਪੁਰ ਦਾ ਹੈ ਉੱਥੇ ਅਸੀਂ ਦਿਖਿਆ ਹਾ ਪਹਿਲੀ ਵਾਰੀ ਉੱਥੇ ਦਿਖਿਆ ਹਾ ਜੈਨ ਡਰੋਨ ਸੁਨੀਤਾ ਜੀ ਮੈਂ ਇਹ ਸਮਝਣਾ ਹੈ ਜੇ ਮੰਨੋ ਤੁਸੀਂ ਪਹਿਲੇ ਦਿਨ ਕੇ ਜੀ ਪਹਿਲੇ ਦਿਨ ਤੁੰਦਾ ਡਰੋਨ ਦੱਸਿਆ ਕਰੋਗ ਭੀ ਕਿਸ਼ ਬੋਰਡ ਪਰ ਪੜਾਇਆ ਗਿਆ ਹੋਗ ਕਾਗਜ਼ ਪਰ ਪੜਾਇਆ ਗਿਆ ਹੋਗ ਪੀ ਮੈਦਾਨ ਚ ਲਈ ਜਾਈਏ ਅਭਿਆਸ ਕੀ ਕੀ ਉਹ ਆਉਗ ਤੁਸ ਮਿਗੀ ਸਮਝਾਈ ਸਕਦੀਆਂ ਉਹ ਪੂਰਾ ਵਰਣਨ ਜੀ ਜੀ ਸਰ ਪਹਿਲੇ ਦਿਨ ਸਰ ਅਸ ਲੋਕ ਜਿਸ ਲੈ ਗਏ ਉਸ ਲੈ ਉਹਦੇ ਦੂਏ ਦਿਨ ਥਮਾ ਸਾੜੀ ਲੋਕਾਂ ਦੀ ਸਿਖਲਾਈ ਸ਼ੁਰੂ ਹੋਈ ਹੀ ਪਹਿਲੇ ਤੇ ਥਿਉਰੀ ਪੜਾਈ ਗਈ ਹੀ ਪੀ ਕਲਾਸ ਚਲੀ ਪੀ ਦੋ ਦਿਨ ਕਲਾਸ ਚ ਡਰੋਨ ਚ ਕਿਹੜੇ ਕਿਹੜੇ ਇਸ ਦਿਨ ਕੀਆ ਕੀਆ ਤੁਸੀਂ ਕੀ ਕੀ ਕਰਨਾ ਇਹ ਸਾਰੀਆਂ ਚੀਜ਼ਾਂ ਥਿਉਰੀ ਚ ਪੜਾਈਆਂ ਗਈਆਂ ਹੀਆਂ ਤ੍ਰੀਏ ਦਿਨ ਸਰ ਸਾਡਾ ਲੋਕਾਂ ਦਾ ਧਿਆਨ ਹੋ ਆਹਾ ਉਦੇ ਪ੍ਰੰਤ ਅਫੀਸਰ ਇੱਕ ਕੰਪਿਊਟਰ ਪਰ ਵੀ ਪੇਪਰ ਵਹਾ ਮਤਲਬ ਪਹਿਲੇ ਕਲਾਸ ਚਲੀ ਉਦੇ ਪ੍ਰੰਤ ਟੈਸਟ ਲੈਤਾ ਗਿਆ ਫਿਰ ਪ੍ਰੈਕਟੀਕਲ ਕਰਵਾਇਆ ਗਿਆ ਹ ਸਾਡੇ ਲੋਕਾਂ ਦਾ ਮਤਲਬ ਡਰੋਨ ਕਿਆਂ ਡੁਆਣਾ ਹੈ ਕਿਆਂ ਕਿਆਂ ਮਤਲਬ ਤੁਸੇ ਨਿਯੰਤਰਣ ਕਿਆਂ ਸੰਭਣਾ ਹੈ ਹਰ ਚੀਜ਼ ਸਿਖਾਈ ਗਈ ਹੀ ਪ੍ਰੈਕਟੀਕਲ ਦੇ ਤੌਰ 'ਚ ਫਿਰ ਡਰੋਨ ਕੰਮ ਕੇ ਕਰੋਗੋ ਉਹ ਕਿਆਂ ਸਿਖਾਇਆ ਸਰ ਡਰੋਨ ਕੰਮ ਕਰੋਗ ਜ ਜੀਆਂ ਉਹਨੇ ਫਸਲ ਵੱਡੀ ਹਾਰਦੀ ਹੈ ਬਰਸਾਂਤੀ ਦਾ ਮੌਸਮ ਜਾਂ ਕਿਸਬੀ ਇਆਂ ਬਰਸਾਤ ਚ ਦਿੱਕਤ ਹੁੰਦੀ ਖੇਤਰੇ ਚ ਫਸਲ ਚ ਅਸ ਲੋਗ ਅੰਦਰ ਨਹੀਂ ਵੜੀ ਸਕਨੇ ਆ ਤਾਂ ਕਿੰ ਆ ਮਜ਼ੂਰ ਅੰਦਰ ਜਾਗ ਤਾਂ ਇਹਦੇ ਰਾਂ ਬੜਾ ਲਾਹ ਕਰਸਾਨੇ ਕੀ ਹੋਗ ਤੇ ਉਥੇ ਖੇਤਰ ਚ ਵੜਨਾ ਵੀ ਨਹੀਂ ਪੋਗ ਸਾਡਾ ਡਰੋਨ ਜਿਹੜਾ ਅਸ ਮਜ਼ੂਰ ਲਈ ਹੈ ਆਪਣੇ ਕੰਮ ਕਰਨੇ ਆ ਉਹ ਸਾਡਾ ਡਰੋਨ ਕਿੰਨੇ ਮੇਡ ਪਰ ਖੜੋਈ ਹੈ ਅਸ ਆਪਣਾ ਉਹ ਕਰੀ ਸਕਨੇ ਆ ਕੋਈ ਕੀੜਾ ਮਗੋੜਾ ਜੇਕਰ ਖੇਤਰੇ ਦੇ ਅੰਦਰ ਹੈ ਉਹਦੇ ਤਮਾ ਅਸੀਂ ਕੀ ਸਾਵਧਾਨੀ ਵੀ ਵਰਤਨੀ ਪੋਗ ਕੋਈ ਦਿੱਕਤ ਨਹੀਂ ਹੋਈ ਸਕਦੀ ਹੈ ਤੇ ਕਰਸਾਨੇ ਕੀ ਵੀ ਬੜਾ ਖਰਾ ਲਗਾ ਕਰਦਾ ਹੈ ਸਰ ਅਸ ਸੁਪੈਂਟਿਕ ਮਾਸਪਰੇ ਕਰੀ ਚੁਕੇ ਦਿਆਂ ਉਹਨੇ ਤਕਰ ਤਾਂ ਕਰਸਾਨੇ ਕੀ ਵੀ ਸਮਝ ਹੈ ਜੇ ਇਹਦਾ ਲਾ ਹੈ ਜੀ ਸਰ ਕਰਸਾਨੇ ਕੀ ਬੜੀ ਸੰਤੁਸ਼ਟੀ ਹੈ ਆਖਾ ਕਰਦੇ ਜੇ ਬੜਾ ਖਰਾ ਲੱਗਾ ਕਰਦਾ ਹੈ ਸਮੇਂ ਦੀ ਵੀ ਬਚਤ ਹੁੰਦੀ ਹੈ ਸਾਰੀ ਸੁਵਿਧਾ ਅਸ ਆਪੂ ਦਿਖ ਰਿਆ ਪਾਣੀ ਦਵਾਈ ਸਭ ਕੁਝ ਕੰਨੋ ਕੰਨੀ ਰੱਖਣਿਆ ਤੇ ਅਸੀਂ ਲੋਕਾਂ ਕੀ ਛੜਾ ਆਈਏ ਖੇਤਰ ਦਸ ਨਾ ਪੌਂਦਾ ਜੇ ਕੁਥਵਾ ਕੁਥੇ ਥੋੜੀ ਮੇਰਾ ਖੇਤਰ ਹੈ ਤੇ ਸਾਰਾ ਕੰਮ ਅੱਧੇ ਘੰਟੇ ਚ ਗਏ ਨਿਪਟਾਈ ਦਿੰਨੀ ਆ ਤਾਂ ਇਹ ਡਰੋਨ ਦੇਖਣ ਲਈ ਔਰ ਲੋਕ ਵੀ ਆਉਂਦੇ ਹੁੰਗਨ ਫੀਤ ਆ ਸਿਰ ਬੜੀ ਪੀੜ ਲੱਗੀ ਜਾਂਦੀ ਹੈ ਡਰੋਨ ਦੇਖਣ ਲਈ ਬੜੇ سارے ਲੋਕ ਆਈ ਜਾਂਦੇ ਨੇ ਜਿਹੜੇ ਵੱਡੇ ਵੱਡੇ ਕਿਸਾਨ ਲੋਕ ਨੇ ਉਹ ਲੋਕ ਨੰਬਰ ਵੀ ਲਈ ਜਾਂਦੇ ਨੇ ਜੇ ਅਸ ਵੀ ਤੁਸੀਂ ਕੀ ਸਦਗੇ ਸਪਰੇਅ ਆਸਤੇ ਅੱਛਾ ਕੀ ਜੇ ਮੇਰਾ ਇੱਕ ਮਿਸ਼ਨ ਹੈ ਲਖਪਤੀ ਦੀਦੀ ਬਣਾਉਣੇ ਦਾ ਜੇਕਰ ਅੱਜ ਦੇਸ਼ ਭਰ ਦੀਆਂ ਪਹਿਣਾ ਸੁਣਾ ਕਰਦੀਆਂ ਤਾਂ ਇੱਕ ਡਰੋਨ ਦੀਦੀ ਅੱਜ ਪਹਿਲੀ ਵਾਰੀ ਮੇਰੇ ਕੰਨੇ ਗੱਲ ਕਰਾ ਕਰਦੀ ਹੈ ਤਾਂ ਕੀ ਆਖਣਾ ਚਾਹਗੀਆਂ ਤੁਸੀਂ ਜੀ ਆ ਅੱਜ ਮੈਂ ਇਕਲੀ ਡਰੋਨ ਦੀਦੀ ਹਾਂ ਤਾਂ ਨਹੀਂ ਆ ਗਏ ਜਾਣਾ ਪਹਿਣਾ ਅੱਗੇ ਆਉਣ ਜੇ ਮੇਰੇ ਜਨੇ ਡਰੋਨ ਦੀਦੀ ਉਹ ਵੀ ਬਣਨ ਤੇ ਮੇਗੀ ਬੜੀ ਖੁਸ਼ੀ ਹੋਗ ਜੇ ਇਸ ਲਈ ਮੈਂ ਇਕਲੀ ਆ ਮੇਰੇ ਕੰਨੇ ਹੋਰ ਜਾਰਾ ਲੋਕ ਖੜੇ ਹੋਣਨ ਤਾਂ ਬੜਾ ਖਰਾ ਲੱਗੋ ਜੇ ਆਸ ਇਕਲੇ ਨਹੀਂ ਬੜੇ ਸਾਰੇ ਲੋਕ ਸਾਡੇ ਕੰਨੇ ਡਰੋਨ ਦੀਦੀ ਦੇ ਨਾਂ ਕੰਨੇ ਪਛਾਣੇ ਜਾਂਦੇ ਨਾ ਚਲੋ ਸੁਨੀਤਾ ਜੀ ਮੇਰੀ ਤਰਫਾ ਤੁਸੀਂ ਕੀ ਮਤੀ ਮਤੀ ਬਧਾਈ ਇਹ ਨਮੋ ਡਰੋਨ ਦੀਦੀ ਇਹ ਦੇਸ਼ਾ ਚ ਕ੍ਰਿਸ਼ੀ ਕੀ ਆਧੁਨਿਕ ਬਣਾਣੇ ਦਾ ਇੱਕ ਬੜਾ ਵੱਡਾ ਜ਼ਰੀਆ ਬਣਾ ਕਰਦੀਆਂ ਮੇਰੀਆਂ ਮਤੀਆਂ ਮਤੀਆਂ ਸ਼ੁਭ ਕਾਮਨਾ ਧੰਨਵਾਦ ਧੰਨਵਾਦ ਸਰ ਧੰਨਵਾਦ ਸਾਥੀਓ ਅੱਜ ਦੇਸ਼ਾ 'ਚ ਕੋਈ ਵੀ ਖੇਤਰ ਐਸਾ ਨਹੀਂ ਹੈ ਜਿੱਤੇ 'ਚ ਦੇਸ਼ਾ ਦੀ ਨਾਰੀ ਸ਼ਕਤੀ ਪਿੱਛੇ ਰਹੀ ਗਦੀ ਹੋਵੇ। ਇੱਕ ਹੋਰ ਖੇਤਰ ਜਿੱਥੇ ਮਹਿਲਾਇਆਂ ਆਪਣੀ ਨੇਤ੍ਰਿਤਵ ਸਮਰਥ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਉਹ ਹੈ ਕੁਦਰਤੀ ਖੇਤੀ, ਜਲ ਸੰਗਰਖਣ ਤੇ ਸਵੱਛਤਾ। ਰਸਾਇਣਿਕ ਨੇ ਸਾਡੀ ਧਰਤੀ ਮਾਤਾ ਕੀ ਜਿਹੜਾ ਕਸ਼ਟ ਉਹ ਕਰਦਾ ਹੈ, ਜਿਹੜੀ ਪੀੜ ਉਹ ਕਰਦੀ ਹੈ, ਜਿਹੜਾ ਦਰਦ ਉਹ ਕਰਦਾ ਹੈ ਸਾਡੀ ਧਰਤੀ ਮਾਤਾ ਕੀ ਬਚਾਉਣੇ 'ਚ ਦੇਸ਼ਾ ਦੀ ਮਾਤਰੀ ਸ਼ਕਤੀ ਵੱਡੀ ਭੂਮਿਕਾ ਨਿਭਾ ਕਰਦੀ ਹੈ। ਦੇਸ਼ਾ ਦੇ ਕੋਨੇ-ਕੋਨੇ 'ਚ ਮਹਿਲਾ ਉਨ ਕੁਦਰਤੀ ਖੇਤੀ ਕੀ ਵਿਸਤਾਰ ਦਿਆ ਕਰਦੀਆਂ ਅੱਜ ਜੇਕਰ ਦੇਸ਼ਾ 'ਚ ਜਲ ਜੀਵਨ ਮਿਸ਼ਨ ਦੇ ਤਹਿਤ ਇੰਨਾ ਕੰਮ ਹੋਆ ਕਰਦਾ ਤਾਂ ਇਹਦੇ ਪਿੱਛੇ ਪਾਣੀ ਸਮਿਤੀਆਂ ਦੀ ਬੜੀ ਵੱਡੀ ਭੂਮਿਕਾ ਹੈ ਇਸ ਪਾਣੀ ਸਮਿਤੀ ਦਾ ਨੇਤ੍ਰਿਤਵ ਮਹਿਲਾਏ ਦੇ ਗਿਆ ਕੋਲ ਹੈ ਇਹਦੇ ਇਲਾਵਾ ਵੀ ਈਆਂ ਪੈਣਾ ਜਲ ਸੰਗਰਖਣ ਲਈ ਚਤਰਫਾ ਕੋਸ਼ਿਸ਼ ਕਰਾ ਕਰਦੀਆਂ ਮੇਰੇ ਕੋਲ ਨੇ ਫੋਨ ਲਾਈਨ ਪਰ ਐਸੀ ਕੇ ਮਹਿਲਾ ਨ ਕਲਿਆਣੀ ਪ੍ਰਫੁੱਲ ਪਾਟਿਲ ਜੀ ਇਹ ਮਹਾਰਾਸ਼ਟਰ ਦੀ ਰੌਣੀ ਵਾਲੀਆਂ ਆਓ ਕਲਿਆਣੀ ਪ੍ਰਫੁੱਲ ਪਾਟੇਲ ਜੀ ਹੁੰਦੇ ਕਰਨੇ ਗੱਲ ਕਰੀ ਹੈ ਉਹਦਾ ਤਜਰਬਾ ਜਾਨਨੀ ਆ ਕਲਿਆਣੀ ਜੀ ਨਮਸਤੇ ਨਮਸਤੇ ਸਰ ਜੀ ਨਮਸਤੇ ਕਲਿਆਣੀ ਜੀ ਪਹਿਲੇ ਤਾਂ ਤੁਸੀਂ ਆਪਣੇ ਵਿਸ਼ੇ ਚ ਆਪਣੇ ਪਰਿਵਾਰ ਦੇ ਵਿਸ਼ੇ ਚ ਆਪਣੇ ਕੰਮ ਕਾਜ ਦੇ ਵਿਸ਼ੇ ਚ ਬਿੰਦ ਦੱਸੋ ਸਰ ਮੈਂ ਐਮ ਐਸ ਸੀ ਮਾਈਕਰੋਬਾਇਲਜੀ ਆ ਤੇ ਮੇਰੇ ਘਰੇ ਚ ਮੇਰੇ ਪਤੀ ਦੇਵ ਮੇਰੀ ਸੱਸ ਤੇ ਮੇਰੇ ਦਾਉ ਬੱਚੇ ਤੇ ਤਰੋਂ ਬਨੇ ਥਾ ਮੈਂ ਆਪਣੇ ਗ੍ਰਾਮ ਪੰਚਾਇਤ ਚ ਕੰਮ ਕਰਿਆ ਕਰਨੀ ਆ ਤੇ ਵੀ ਗ੍ਰਾਂਚ ਖੇਤੀ ਦੇ ਕੰਮਾਂ ਚ ਲੱਗੀ ਗਈ ਆ ਕੀ ਜੇ ਤੁੰਦੇ ਕੋਲ ਬੁਨਿਆਦੀ ਜਾਣਕਾਰੀ ਵੀ ਹੈ ਤੁੰਦੀ ਪੜਾਈ ਵੀ ਇਸੇ ਖੇਤਰ ਚ ਹੋਈ ਦੀ ਹੈ ਤੇ ਹੁਣ ਤੂੰ ਉਸ ਖੇਤੀ ਚ ਜੁੜੀ ਗਈ ਆ ਉਹ ਤਾਂ ਕਿਹੜੇ ਕਿਹੜੇ ਨਵੇਂ ਪ੍ਰਯੋਗ ਕੀਤੇ ਨੇ ਤੁਸੀਂ ਸਰ ਜਿਹੜੀ 1040 ਦੀ ਸਾੜੀ ਬਨਸਪਤੀ ਹੈ ਉਸ ਦੀ ਕਿੱਠਾ ਕਰੀਏ ਉਹਦੇ ਕੰਨੇ ਅਸੀਂ ਆਰਗੈਨਿਕ ਸਪਰੇ ਬਣਾਇਆ ਜੀਆਂ ਜੇ ਅਸ ਕੀੜੇਦਾਰ ਵਗੈਰਾ ਸਪਰੇ ਬਣਾ ਕਰਨਿਆ ਤਾਂ ਉਹਦੇ ਕੰਨੇ ਸਾਡੇ ਲਈ ਜਿਹੜੇ ਫਾਇਦੇਮੰਦ ਕੀੜੇ ਹੁੰਦੇ ਨੇ ਉਹ ਵੀ ਨਸ਼ਟਵਾ ਕਰ ਦੇਣਾ ਤੇ ਸਾਡੀ ਮਿੱਟੀ ਪ੍ਰਦੂਸ਼ਿਤ ਹੁੰਦੀ ਹੈ ਤਾਂ ਜਿਹੜੀਆਂ ਰਸਾਇਨੀ ਚੀਜ਼ਾਂ ਪਾਣੀ ਚ ਕੁਲ ਐਮ ਐਲ ਕਰਦੀਆਂ ਨੇ ਉਹਦੀ ਵਜ੍ਹਾ ਕਰੀ ਸਾਡੇ ਸਰੀਰੇ ਉੱਪਰ ਵੀ ਨੁਕਸਾਨਦਾਇਕ ਨਤੀਜੇ ਸਾਹਮਣੇ ਆਵਾ ਕਰਦੇ ਨੇ ਉਸ ਸਾਬਕ ਨੇ ਅੱਜ ਘੱਟ ਕੋਲਾ ਘੱਟ ਕੀੜੇਦਾਰ ਦਵਾਈਆਂ ਦਾ ਇਸਤੇਮਾਲ ਕਰਨਿਆ ਤਾਂ ਇੱਕ ਚਾਲੀ ਕਰਨਿਆ ਤੁਸੀਂ ਪੂਰੀ ਚਾਲੀ ਕੁਦਰਤੀ ਖੇਤੀ ਵੱੱਕੀ ਜਾ ਕਰਦੀਆਂ ਉਹ ਆ ਜਿਹੜੀ ਸਾਡੀ ਪਰੰਪਰਿਕ ਖੇਤੀ ਹੈ ਸਰ ਨਹੀਂ ਐਸੇ ਕੀਤੀ ਹੀ ਪਿਛਲੇ ਬਰੇ ਕੀ ਅਨੁਭਵ ਆਇਆ ਕੁਦਰਤੀ ਖੇਤੀ ਚ ਸਰ ਜਿਹੜੀਆਂ ਸਾਡੀ ਮਹਿਲਾ ਨੂੰ ਉਹਨੇ ਕੀ ਜਿਹੜਾ ਖਰਚਾ ਹੈ ਉਹ ਘੱਟ ਲੱਗਾ ਤੇ ਜਿਹੜੇ ਸਾਡੇ ਉਤਪਾਦਨ ਸਰ ਤਾਂ ਉਹ ਅਲਪਾਈ ਹੈ ਅਸੀਂ ਕੀੜੇਦਾਰ ਦਵਾਈਆਂ ਦੇ ਬਗੈਰ ਉਹ ਕੀਤਾ ਕੀ ਜੇ ਉਹਨ ਕੈਂਸਰ ਦੇ ਸਬੂਤ ਜਿਹੜੇ ਬਧਾ ਕਰਦੇ ਨੇ ਜੀਆਂ ਸ਼ਹਿਰੀ ਸੰਜਤਾ ਹੈਗੇ ਪਰ ਗਾਂਚ ਵੀ ਉਹਦਾ ਸਬੂਤ ਬਧਾ ਕਰਦਾ ਤਾਂ ਉਸ ਸਾਭ ਕਰਨੇ ਜੇਕਰ ਆਪਣੇ ਅੱਗੇ ਦੇ ਪਰਿਵਾਰ ਕੀ ਤੁਸੀਂ ਸੁਰੱਖਿਤ ਕਰਨਾ ਹੈ ਤਾਂ ਇਹ ਬਾਤ ਅਪਣਾਉਣਾ ਜ਼ਰੂਰੀ ਹੈ ਇਸ ਸਾਭ ਕਰਨੇ ਉਹ ਮਹਿਲਾ ਵੀ ਸਕਰੀਏ ਭਾਗੀਦਾਰ ਇਹਦੇ ਅੰਦਰ ਨਜ਼ਰੀ ਆਵਾ ਕਰਦੀਆਂ ਨਾ ਅੱਛਾ ਕਲਿਆਣੀ ਜੀ ਤੁਸੀਂ ਕਿਸ ਜਲ ਸੰਰਖਣ ਚ ਵੀ ਕੰਮ ਕੀਤਾ ਹੈ ਉਹਦੇ ਚ ਕੀ ਕੀਤਾ ਹੈ ਤੁਸੀਂ ਸਰ ਬਰਖਾ ਦੇ ਪਾਣੀ ਦਾ ਸੰਰਖਣ ਜਿਹੜੀ ਸਾਡੀ ਸਰਕਾਰੀ ਜਿੰਨੀਆਂ ਵੀ ਇਮਾਰਤਾਂ ਨੇ ਜੀਆਂ ਜੇ ਪ੍ਰਾਇਮਿਕ ਸ਼ਾਲਾ ਹੋਈ ਆਂਗਣਵਾੜੀ ਹੋਈ ਸਾਡੀ ਗ੍ਰਾਮ ਪੰਚਾਇਤ ਦੀ ਜਿਹੜੀ ਇਮਾਰਤ ਹੈ ਉੱਥੇ ਜਿਹੜਾ ਪਾਣੀ ਹੈ ਬਰਖਾ ਦਾ ਉਹ ਸਾਰਾ ਇਕੱਠਾ ਕਰੀਏ ਅਸੀਂ ਇੱਕ ਥਾਰੇ ਪਰ ਇਕੱਠਾ ਕੀਤੇਦਾ ਹੈ ਤੇ ਜਿਹੜੀ ਰੀਚਾਰਜ ਸ਼ਾਫਟ ਹੈ ਸਰ ਜਿਹੜਾ ਬਰਖਾ ਦਾ ਪਾਣੀ ਜਿਹੜਾ ਪਉਂਦਾ ਹੈ ਉਹ ਜ਼ਮੀਨ ਦੇ ਅੰਦਰ ਰਸੀ ਜਾਣਾ ਲੋਰ ਚਦਾ ਤਾਂ ਉਸ ਹਸਾਬ ਕਰਨੇ ਅਸੀਂ 24 ਰਿਚਾਰਜ ਸ਼ਾਫਟ ਸਾਡੇ ਗਰਾਹ ਦੇ ਅੰਦਰ ਤਿਆਰ ਕੀਤੇ ਦਿਨ ਤੇ 50 ਰਿਚਾਰਜ ਸ਼ਾਫਟ ਦੀ ਮਨਜ਼ੂਰੀ ਥੋਈ ਗਈ ਦੀ ਹੈ। ਉਨ ਤੋਲੇਗੇ ਉਹਦਾ ਵੀ ਕੰਮ ਚਾਲੂ ਹੋਣ ਵਾਲਾ ਹੈ। ਚਲੋ ਕਲਿਆਣੀ ਜੀ ਤੁੰਦੇ ਕੰਨੇ ਗੱਲ ਕਰੀਏ ਬੜੀ ਖੁਸ਼ੀ ਹੋਈ। ਤੁਸੀਂ ਕੀ ਮਤੀਆਂ ਮਤੀਆਂ ਸ਼ੁਭਕਾਮਨਾ। ਸਰ ਧੰਨਵਾਦ। ਸਰ ਧੰਨਵਾਦ। ਮਿਗੀ ਵੀ ਤੁੰਦੇ ਕੰਨੇ ਗੱਲ ਕਰੀਏ ਬੜੀ ਖੁਸ਼ੀ ਹੋਈ। ਮਤਲਬ ਮੇਰਾ ਜੀਵਨ ਸੰਪੂਰਨ ਰੂਪ ਕਨੇ ਸਾਰਥਕ ਹੋਆ ਐਸਾ ਮੈਂ ਮੰਨਨੀ ਆ। ਬਸ ਸੇਵਾ ਕਰੋ। ਚਲੋ ਤੁੰਦਾ ਨਾਗ ਹੈ ਕਲਿਆਣੀ ਆ। ਤਾਂ ਤੁਸੀਂ ਤੇ ਕਲਿਆਣ ਕਰਨਾ ਗਿਆ ਕਰਨਾ ਹੈ ਧੰਨਵਾਦ ਜੀ ਨਮਸਕਾਰ ਧੰਨਵਾਦ ਸਰ ਧੰਨਵਾਦ ਸਾਥੀਓ ਪਾਮੀ ਸੁਨੀਤਾ ਜੀ ਹੁਣ ਜਾਂ ਕਲਿਆਣੀ ਜੀ ਬਖ ਬਖ ਖੇਤਰੀਂ ਚ ਨਾਰੀ ਸ਼ਕਤੀ ਦੀ ਕਾਮਯਾਬੀ ਬੜੀ ਪ੍ਰੇਰਨਾ ਦੇਣੀ ਆਲੀ ਹੈ ਮੈਂ ਇੱਕ ਬਾਰੀ ਭੀ ਸੜੀ ਨਾਰੀ ਸ਼ਕਤੀ ਦੇ ਇਸ ਜਜ਼ਬੇ ਦੀ ਦਿਲਾਂ ਕਨੇ ਸਰਾਹਨਾ ਕਰਨਾ ਮੇਰੇ ਪਿਆਰੇ ਦੇਸ਼ ਵਾਸੀਓ ਅੱਜ ਸਾਡੇ ਸਭਨੇ ਦੇ ਜੀਵਨ ਚ ਟੈਕਨੋਲੋਜੀ ਦਾ ਮਤਵ ਬੜਾ ਵਧ ਗਿਆ ਹੈ ਮੋਬਾਈਲ ਫੋਨ ਡਿਜੀਟਲ ਉਪਕਰਨ ਸੜੀ ਸਭਨੀ ਦੀ ਜ਼ਿੰਦਗੀ ਦਾ ਐਮ ਇਸਾ ਬਣੀਗੇ ਦਿਨ ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਜੇ ਡਿਜੀਟਲ ਉਪਕਰਣਾਂ ਦੀ ਮਦਦ ਕਰਨਾ ਉਹ ਵਨਯ ਜੀਵਾਂ ਦੇ ਕਰਨੇ ਤਾਲਮੇਲ ਬਾਲਣੇ ਤੇ ਵੀ ਮਦਦ ਮਿਲਾ ਕਰਦੀ ਹੈ ਕਿਸ਼ਤੀ ਨੇ ਪ੍ਰੰਤ 3 ਮਾਰਚ ਕੀ ਵਿਸ਼ਵ ਵਨਯ ਜੀਵ ਦਿਵਸ ਹੈ ਇਸ ਦਿਹਾੜੇ ਕੀ ਵਨਯ ਜੀਵਾਂ ਦੇ ਸੰਰਖਣ ਦੇ ਪ੍ਰਤੀ ਜਾਗਰੂਕਤਾ ਫੈਲਾਣੇ ਦੇ ਮਕਸਦ ਕਰਨਾ ਮਨਾਇਆ ਜਾਂਦਾ ਹੈ ਇਸ ਬਾਰੇ ਵਿਸ਼ਵ ਵਨਯ ਜੀਵ ਦਿਵਸ ਦੇ ਵਿਸ਼ੇ ਸਾਰਜ ਡਿਜੀਟਲ ਇਨੋਵੇਸ਼ਨ ਕੀ ਸਭਨੇਸ਼ਾ ਉੱਪਰ ਰੱਖਿਆ ਗਿਆ ਹੈ ਤੁਸੀਂ ਕੀ ਇਹ ਜਾਣੀਏ ਖੁਸ਼ੀ ਹੋ ਗਏ ਜੇ ਸਾਡੇ ਦੇਸ਼ਾਂ ਦੇ ਬਖ ਬਖੀ ਸਿੰਚ ਵਨ્ય ਜੀਵਾਂ ਦੇ ਸੰਰਖਣ ਲਈ ਤਕਨੀਕਾਂ ਦਾ ਬੜਾ ਇਸਤੇਮਾਲ ਹੋਆ ਕਰਦਾ ਹੈ ਪਿਛਲੇ ਕੁਝ ਬਰਾਂ ਵਿੱਚ ਸਰਕਾਰ ਤੇ ਜਤਨੇ ਕਰੀ ਦੇਸ਼ਾਂ ਚ ਚਿੱਤਰੇ ਦੀ ਗਿਣਤਰੀ ਵਧੀ ਗਿਆ ਮਹਾਰਾਸ਼ਟਰ ਦੇ ਚੰਦਰਪੁਰ ਦੇ ਟਾਈਗਰ ਰਿਜ਼ਰਵ ਚ ਚਿੱਤਰੇ ਦੀ ਗਿਣਤਰੀ 2200 ਤੋਂ ਮਤਿ ਹੋਈ ਗਈ ਹੈ ਚੰਦਰਪੁਰ ਜ਼ਿਲੇ ਚ ਇਨਸਾਨ ਤੇ ਚਿੱਤਰੇ ਦੇ ਸੰਘਰਸ਼ ਕੀ ਘਟ ਕਰਨੇ ਲਈ ਆਰਟੀਫੀਸ਼ਲ ਇੰਟੈਲੀਜੈਂਸ ਦੀ ਮਦਦ ਲਈ ਜਾ ਕਰਦੀ ਹੈ ਇੱਥੇ ਗ੍ਰਾਂਹ ਤੇ ਜੰਗਲ ਦੀ ਅੱਧ ਪਰ ਕੈਮਰੇ ਲਾਏ ਗਏ ਨੇ ਜਿਸਲੇ ਵੀ ਕੋਈ ਚਿਤਰਾ ਗ੍ਰਾਂਹ ਦੇ ਨੇੜੇ ਆਉਂਦਾ ਤਾਂ ਏ ਆਈ ਦੀ ਮਦਦ ਕਰਨਾ ਮਕਾਮੀ ਲੋਕਾਂ ਕੀ ਮੋਬਾਈਲ ਪਰ ਅਲਰਟ ਹੋਈ ਜਾਂਦਾ ਹੈ ਅੱਜ ਇਸ ਟਾਈਗਰ ਰਿਜ਼ਰਵ ਦੇ ਆਲੇ ਦੁਆਲੇ ਦੇ 13 ਗ੍ਰਾਂਹ ਚ ਇਸ ਵਿਵਸਥਾ ਕਰੀ ਲੋਕਾਂ ਕੀ ਬੜੀ ਸੁਵਿਧਾ ਹੋਈ ਗਈ ਹੈ ਤੇ ਚਿਤਰੇngੀ ਵੀ ਸੁਰੱਖਿਅਤ ਹੋਈ ਹੈ ਸਾਥੀਓ ਅੱਜ ਯੁਵਾ ਉਦਮੀ ਵੀ ਵਨਜੀਵ ਸੰਰਖਣ ਤੇ ਪਰਿਆਵਰਣ ਦੇ ਅਨੁਕੂਲ ਸੈਲਸਫੇ ਲਈ ਨਵੀਆਂ ਨਵੀਆਂ ਕਾਢਾਂ ਸਾਹਮਣੇ ਆ ਨਾ ਕਰ ਦੇ ਨਾ ਉੱਤਰਾਖੰਡ ਦੇ ਰੁੜਕੀ ਚ ਰੋਟਰ ਪ੍ਰੈਸੀਜਨ ਗਰੁੱਪ ਨੇ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਦੇ ਸਹਿਯੋਗ ਨਾਲ ਐਸਾ ਡਰੋਨ ਤਿਆਰ ਕੀਤਾ ਹੈ ਜਿਹਦੇ ਕੰਨ ਹੈ ਕੇਨ ਨਦੀ ਚ ਮਗਰ ਮੱਛੇ ਪਰ ਤੱਕ ਰੱਖਣੇ ਚ ਮਦਦ ਮਿਲਾ ਕਰਦੀ ਹੈ ਇਸ ਚਾਲੀ ਬੰਗਲੁਰੂ ਦੀ ਇੱਕ ਕੰਪਨੀ ਨੇ ਬਘੀਰਾ ਤੇ ਗਰੁੜ ਨਾਂ ਦਾ ਐਪ ਤਿਆਰ ਕੀਤਾ ਬਘੀਰਾ ਐਪ ਕੰਨ ਹੈ ਜੰਗਲ ਸਫਾਰੀ ਦੇ ਦੌਰਾਨ ਗੱਡੀ ਦੀ ਰਫ਼ਤਾਰ ਤੇ ਦੂਈ ਗਤੀਵਿਧੀਆਂ ਪਰ ਤੱਕ ਰੱਖੀ ਜਾ ਸਕਦੀ ਹੈ దేశ ਦੇ ਕਈ ਟਾਈਗਰ ਰਿਜ਼ਰਵ ਚ ਇਹਦਾ ਇਸਤੇਮਾਲ ਹੋਆ ਕਰਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੰਟਰਨੈਟ ਆਫ ਥਿੰਗਸ ਪਰ ਆਧਾਰਿਤ ਗਰੂੜ ਐਪ ਦੀ ਕੁਛ ਸੇ ਸੀਸੀਟੀਵੀ ਕਨੈਕਟ ਜੋੜਨੇ ਪਰ ਅਸਲ ਸਮੇਂ ਚ ਕਨੋਕੰਨੀ ਅਲਰਟ ਥੋਣ ਲਗੀ ਪਉਂਦਾ ਹੈ ਵਨਯ ਜੀਵ ਦੇ ਸੰਰਖਣ ਦਿਸ਼ਾ ਚ ਇਸ ਕਿਸਮ ਦੇ ਅਰਜਤਨ ਕਰਨਾ ਸਾਡੇ ਦੇਸ਼ ਦੀ ਜੈਵਿਕ ਬਨਸਬੰਧਤਾ ਔਰ ਸੱਗੂ ਸਾਰੂਆ ਕਰਦੀ ਹੈ ਸਾਥੀਓ ਪਰ ਚਤੇ ਕੁਦਰਤ ਦੇ ਕੰਨਿਆ ਤਾਲ ਮੇਲ ਸੜੀ ਸੰਸਕ੍ਰਿਤੀ ਦਾ ਅਨਤ੍ਰੁੱਟ ਸਰੀ ਹੈ ਅਸੱਜਾਰੇੰ ਭਾਰਤਮਾ ਕੁਦਰਤ ਤੇ ਵਨਜੀਵਨ ਦੇ ਕੰਨ ਸਹਿ ਅਸਤਿਤਵ ਦੀ ਭਾਵਨਾ ਕਨ ਨਿਰੰਧੀ ਆਈਆਂ ਜੇਕਰ ਤੁਸੀਂ ਕਦੇ ਮਹਾਰਾਸ਼ਟਰ ਦੇ ਮੇਲਕਾਟ ਟਾਈਗਰ ਰਿਜ਼ਰਵ ਜਾਗਿਓ ਤਾਂ ਉੱਥੇ ਆਪੂ ਹੀ ਸੀ ਅਨੁਭਵ ਕਰੀ ਸਕਗੇ ਇਸ ਟਾਈਗਰ ਰਿਜ਼ਰਵ ਦੇ ਨੇੜੇ ਖਟਕਲੀ ਗਾਂਚਰਾਉਣ ਵਾਲੇ ਆਦੀਵਾਸੀ ਪਰਿਵਾਰ ਨੇ ਸਰਕਾਰ ਦੀ ਮਦਦ ਕਰਨਾ ਆਪਣੇ ਘਰ ਕੀ ਹੋਮ ਸਟੇਜ ਬਦਲੀ ਦਿੱਤਾ ਇਹ ਉਹਦੀ ਕਮਾਈ ਦਾ ਬੜਾ ਵੱਡਾ ਜ਼ਰੀਆ ਬਣਾ ਕਰਦਾ ਹੈ ਇਸ ਸੇ ਗਾਂਚਰਾਉਣ ਵਾਲੇ ਕੋਰਕੂ ਜਨਜਾਤੀ ਦੇ ਪ੍ਰਕਾਸ਼ ਜਾਮਕਰ ਜੀ ਹੋਰੇ ਆਪਣੀ ਦੌ ਕਮਾ ਜਿਮੀ ਪਰ ਸੱਤ ਕਮਰਿਆਂ ਵਾਲਾ ਹੋਮ ਸਟੇ ਤਿਆਰ ਕੀਤਾ ਹੈ ਉਹਦੇ ਇੱਥੇ ਰੁਕਣੇ ਵਾਲੇ ਸੈਲਾਨੀਆਂ ਦੇ ਖਾਣੇ ਪੀਣੇ ਦਾ ਬੰਦੋਬਸਤ ਉਹਦਾ ਪਰਿਵਾਰ ਗਿਆ ਕਰਦਾ ਹੈ ਆਪਣੇ ਘਰ ਦੇ ਆਲੇ ਦੁਆਲੇ ਉਹਨੇ ਔਸ਼ਧੀ ਬੂਟੇ ਦੇ ਕੰਨ ਅੰਬ ਤੇ ਕਾਫੀ ਦੇ ਬੂਟੇ ਵੀ ਲਾਏ ਨੇ ਇਹਦੇ ਕੰਨ ਸੈਲਾਨੀਆਂ ਦਾ ਆਕਰਸ਼ਣ ਤੇ ਵਧਿਆ ਗਿਆ ਹੈ ਦੂਏ ਲੋਕਾਂ ਲਈ ਵੀ ਰੋਜ਼ਗਾਰ ਦੇ ਨਵੇਂ ਮੌਕੇ ਬਣੇ ਨੇ ਮੇਰੇ ਪਿਆਰੇ ਦੇਸ਼ਵਾਸੀਓ ਜਿਸ ਲਈ ਪਸ਼ੂ ਪਾਲਣ ਦੀ ਗੱਲ ਕਰਨੀ ਆ ਅਕਸਰ ਗਵੇਂ ਮੰਜੇ ਤੱਕ ਰੁਕੀ ਜਾਂਦੀਆਂ ਪਰ ਬੱਕਰੀ ਵੀ ਤੇ ਇੱਕ ਅਹਿਮ ਪਸ਼ੂ ਤੰਨਾ ਜਿਹਦੀ ਉਨੀ ਚਰਚਾ ਨਹੀਂ ਹੁੰਦੀ ਹੈ ਦੇਸ਼ ਦੇ ਬੱਕਬੱਕ ਇਲਾਕੇ ਚ ਨੇਕਾਂ ਲੋਕ ਬੱਕਰੀ ਪਾਲਣ ਕਰਨੇ ਵੀ ਜੁੜੇ ਦਿੰ ਓਡੀਸ਼ਾ ਦੇ ਕਾਲਾਹਾਂਡੀ ਚ ਬੱਕਰੀ ਪਾਲਣ ਗਾਂ ਦੇ ਲੋਕਾਂ ਦੀ ਰੋਜੀ ਰੋਟੀ ਦੇ ਕੰਨ ਕੰਨ ਉਹਦੇ ਜੀਵਨ ਸਤਰਾਂਗੇ ਉੱਪਰ ਆਉਣ ਨੇ ਦਾ ਵੀ ਇੱਕ ਵੱਡਾ ਜ਼ਰੀਆ ਬਣਾ ਕਰਦਾ ਹੈ ਇਸ ਯਤਨ ਦੇ ਪਿੱਛੇ ਜਯੰਤੀ ਮਹਾਪਾਤਰਾ ਜੀ ਤੇ ਉਹਨਦੇ ਕਰਿਆਲੇ ਬੀਰੇਨ ਸਾਹੂ ਜੀ ਦਾ ਇੱਕ ਵੱਡਾ ਫੈਸਲਾ ਹੈ ਇਹ ਦੰਨੇ ਬੰਗਲੂਰੂ ਚ ਪ੍ਰਬੰਧਨ ਖੇਤਰ ਦੇ ਪੇਸ਼ੇਵਰ ਹੈ ਪਰ ਇਹਨੇ ਬ੍ਰੇਕ ਲਈ ਹੈ ਕਾਲਾਹਾਂਡੀ ਦੇ ਸਾਲੇ ਭਾਟਾ ਗਰਾں ਆਉਣੇ ਦਾ ਫੈਸਲਾ ਕੀਤਾ ਇਹ ਲੋਕ ਕਿਛ ਐਸਾ ਕਰਨਾ ਚਾਹੁੰਦੇ ਹੈ ਜਿਹਦੇ ਕੰਨੇ ਇਥੋਂ ਦੇ ਗ੍ਰਾਮੀਣ ਲੋਕਾਂ ਦੀ ਸਮੱਸਿਆਵਾਂ ਦਾ ਅਲਬਿਉ ਹੈ ਕੰਨੇ ਗਏ ਉਹ ਸਸ਼ਕਤ ਵੀ ਬਨਨ ਸੇਵਾ ਤੇ ਸਮਰਪਣ ਕੰਨ ਅਪਰੋਚ ਦੀ ਆਪਣੀ ਇਸੇ ਸੋਚ ਦੇ ਕੰਨ ਇਹਨੇ ਮਾਨਿਕਾਸਤੂ ਐਗਰੋ ਦੀ ਸਥਾਪਨਾ ਕੀਤੀ ਤੇ ਕਿਸਾਨ ਨੇ ਕੰਨੇ ਕੰਮ ਸ਼ੁਰੂ ਕੀਤਾ ਜਯੰਤੀ ਜੀ ਦੇ ਬਿਰਿੰਜੀਉਰੇ ਇੱਥੇ ਇੱਕ ਦਿਲਚਸਪ ਮਾਨਿਕਾਸਤੂ ਗੋਟ ਬੈਂਕ ਵੀ ਖੋਲਿਆ ਹੈ। ਉਹ ਸਮੁਦਾਇਕ ਸਤਰ ਪਰ ਬੱਕਰੀ ਪਾਲਣ ਦੀ ਬੜਾਵਾਦੀਆ ਕਰਦਿਨ। ਉੰਦੇ ਗੋਟ ਫਾਰਮ ਚ ਕਰੀਬ ਦਰਜਨਾ ਬੱਕਰੀਆਂ ਨ ਮਾਨਿਕਾਸਤੂ ਗੋਟ ਬੈਂਕ ਇਸਨਾਂ ਕਿਸਾਨੇ ਲਈ ਇੱਕ ਪੂਰੀ ਬਵਸਥਾ ਤਿਆਰ ਕੀਤੀ ਹੈ। ਇਹਦੇ ਰਾਹੀਂ ਕਿਸਾਨੇ ਕੀ 24 ਮਹੀਨੇ ਲਈ ਦੋ ਬੱਕਰੀਆਂ ਦਿੱਤੀਆਂ ਜਾਂਦੀਆਂ। ਦਉ ਬਰੇਂ ਚ ਬੱਕਰੀਆਂ 9-10 ਬੱਚੇਂ ਕੀ ਜਰਮ ਦਿੰਦੀਆਂ। ਇੰਦੇ ਚਾ 6 ਬੱਚੇਂ ਕੀ ਬੈਂਕ ਰੱਖਦਾ। ਬਾਕੀ ਉਸੇ ਪਰਿਵਾਰ ਕੀ ਦੇ ਦਿੱਤੀਆਂ ਜਾਂਦੀਆਂ ਜਿਹੜਾ ਬੱਕਰੀ ਪਾਲਣ ਕਰਦਾ ਹੈ ਇੰਨਾ ਕ ਨਹੀਂ ਬੱਕਰੀਆਂ ਦੀ ਦੇਖਭਾਲ ਲਈ ਜ਼ਰੂਰੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਅੱਜ 50 ਗਾਂ ਦੇ 1000 ਸ਼ਾਮਤੇ ਕਰਸਾਨ ਇਸ ਜੋੜੇ ਦੇ ਕੰਨਾਂ ਜੁੜੇ ਦਿਨ ਉਨਦੀ ਮਦਦ ਕਰਨਾ ਗ੍ਰਾਂ ਦੇ ਲੋਕ ਪਸ਼ੂ ਪਾਲਣ ਦੇ ਖੇਤਰ ਚ ਆਤਮ ਨਿਰਭਰਤਾ ਬੱਕੀ ਵਧਾ ਕਰਦੇ ਨੇ ਮੇਗੀ ਇਹ ਦਿੱਕੀ ਬੜਾ ਖਰਾ ਲੱਗਦਾ ਹੈ ਜੇ ਬੱਕ ਬੱਕ ਖੇਤਰੇ ਚ ਕਾਮਯਾਬ ਪੇਸ਼ੇਵਰ ਲੋਕ ਕੇ ਕਰਸਾਨੇ ਗੀ ਸਸ਼ਕਤ ਤੇ ਆਤਮ ਨਿਰਭਰ ਬਣਾਉਣੇ ਲਈ ਨਵੇਂ ਨਵੇਂ ਤਰੀਕੇ ਅਪਣਾਕਰ ਦੇਣਾ ਉੰਦੀਏ ਕੋਸ਼ਿਸ਼ ਅਰ ਕੁਸੇਗੀ ਪ੍ਰੇਰਿਤ ਕਰਨੀ ਆਲੀ ਹੈ ਮੇਰੇ ਪਿਆਰੇ ਦੇਸ਼ਵਾਸੀਓ ਸਾਡੀ ਸੰਸਕ੍ਰਿਤੀ ਦੀ ਸਿੱਖਿਆ ਹੈ ਪਰਮਾਰਥ ਪਰਮੋਧਰਮਾ ਯਾਨੀ ਦੂਵੇ ਦੀ ਮਦਦ ਕਰਨਾ ਗ ਸਭਨੇ ਸ਼ ਵੱਡੀ ਜ਼ਿੰਮੇਵਾਰੀ ਹੈ ਇਸੇ ਪਾਵਨਾ ਪਰ ਟੁਰਦੇ ਹੋਈ ਸਾਡੇ ਦੇਸ਼ਾਂ ਚ ਅਨਗਿਨਤ ਲੋਕ ਨਿਸਵਾਰਥ ਪਾਵਨਾ ਕਰਨੇ ਦੂਵੇ ਦੀ ਸੇਵਾ ਕਰਨੇ ਚ ਆਪਣਾ ਜੀਵਨ ਸਮਰਪਿਤ ਕਰੀ ਦਿੰਦੇ ਨ ਐਸੇ ਗਾ ਇੱਕ ਵਿਅਕਤੀ ਨ ਬਿਹਾਰ ਦੇ ਭੋਜਪੁਰ ਦੇ ਭੀਮ ਸਿੰਘ ਭਾਵੇਸ਼ ਜੀ ਆਪਣੇ ਇਲਾਕੇ ਦੇ ਮੁਸਖਰ ਜਾਤੀ ਦੇ ਲੋਕਾਂ ਵਿਚਕਾਰ ਇੰਦੇ ਕੰਮੇ ਦੀ ਬੜੀ ਚਰਚਾ ਹੈ ਇਸ ਕਰੀਏ ਮੀਗੀ ਲੱਗਾ ਜੇ ਕੀ ਨਹੀਂ ਅੱਜ ਇੰਦੇ ਬਾਰੇ ਚ ਵੀ ਤੁੰਦੇ ਕਰਨੇ ਗੱਲ ਕੀਤੀ ਜਾ ਬਿਹਾਰ ਚ ਮੁਸਖਰ ਇੱਕ ਬੜਾ ਵੰਚਿਤ ਸਮੁਦਾਇ ਰਿਹਾ ਹੈ ਬੜਾ ਗਰੀਬ ਸਮੁਦਾਇ ਰਿਹਾ ਹੈ ਭੀਮ ਸਿੰਘ ਭਾਵੇਸ਼ ਜੀ ਹੋਰੇ ਇਸ ਸਮੁਦਾਇ ਦੇ ਬੱਚੇ ਦੀ ਪੜ੍ਹਾਈ ਪਰ ਆਪਣਾ ਧਿਆਨ ਕੇਂਦਰਿਤ ਕੀਤਾ ਤਾਂ ਜੇ ਉਹਦਾ ਭਵਿੱਖ ਉਜਵਲ ਹੋ ਸਕੇ ਉਨੇ ਮੁਸਹਰ ਜਾਤੀ ਦੇ ਕਰੀਬ 8000 ਬੱਚੇ ਦਾ ਸਕੂਲ ਚ ਦਾਖਲਾ ਕਰਵਾਇਆ ਹੈ। ਉਹਨੇ ਇੱਕ ਵੱਡੀ ਲਾਇਬ੍ਰੇਰੀ ਵੀ ਬਣਵਾਈ ਹੈ ਜਿਹਦੇ ਕੰਨੇ ਬੱਚੇਂ ਕੀ ਪੜ੍ਹਾਈ ਲਿਖਾਈ ਦੀ ਬਿਹਤਰ ਸੁਵਿਧਾ ਮਿਲਾ ਕਰਦੀ ਹੈ। ਪੀਮ ਸਿੰਘ ਜੀ ਆਪਣੇ ਸਮੁਦਾਇ ਦੇ ਸਦਸਿਓਂ ਲਈ ਜ਼ਰੂਰੀ ਦਸਤਾਵੇਜ਼ ਬਣਵਾਉਣੇ ਚ ਉਹਦੇ ਫਾਰਮ ਪਰ ਨਿਚ ਵੀ ਮਦਦ ਕਰਦੇ ਨੇ। ਇਹਦੇ ਕੰਨੇ ਜ਼ਰੂਰੀ ਸੰਸਾਧਨਾਂ ਤੱਕਰ ਗ੍ਰਾਂ ਦੇ ਲੋਕਾਂ ਦੀ ਪੁਜ ਔਰ ਬਿਹਤਰ ਹੋਈ ਹੈ। ਲੋਕਾਂ ਦੀ ਸਿਹਤ ਬਿਹਤਰ ਹੋ ਹੈ। ਇਹਦੇ ਲਈ ਉਹਨੇ 100 ਸ਼ਮਤੇ ਮੈਡੀਕਲ ਕੈਂਪ ਲਗਵਾਇਆ ਨ। ਜਿਲ੍ਹੇ ਕਰੋਨਾ ਦਾ ਮਹਾ ਸੰਕਟ ਸਿਰੇ ਪਰ ਖਾ ਉਸ ਲਈ ਪੀਮ ਸਿੰਘ ਜੀ ਉਹ ਨਹੀਂ ਆਪਣੇ ਇਲਾਕੇ ਦੇ ਲੋਕਾਂ ਕੀ ਵੈਕਸੀਨ ਲਗਵਾਉਣ ਲਈ ਵੀ ਬੜਾ ਪ੍ਰोत्사ਹਿਤ ਕੀਤਾ। ਦੇਸ਼ ਦੇ ਬਖਬਕੀ ਸਿੰਘ ਪੀਮ ਸਿੰਘ ਭਾਵੇਸ਼ ਜੀ ਜਨੇ ਕਈ ਲੋਕ ਨ ਜਿਹੜੇ ਸਮਾਜ ਚ ਐਸੇ ਕਈ ਨੇਕ ਕੰਮੇ ਚ ਜੁਟੇ ਦਿਨ ਇੱਕ ਜ਼ਿੰਮੇਦਾਰ ਬਸਨੀਕ ਤੇ ਤੌਰ ਪਰ ਇਸ ਸੇ ਚਾਲੀਦੀ ਜ਼ਿੰਮੇਦਾਰੀਆਂ ਦੀ ਪਾਲ ਮਾ ਕਰਗੇ ਤਾਂ ਇਹ ਇੱਕ ਸਸ਼ਕਤ ਰਾਸ਼ਟਰ ਦੇ ਨਿਰਮਾਣ ਚ ਬੜਾ ਗੈ ਮਦਦਕਾਰ ਸਾਬਤ ਹੋ ਗੇ। ਮੇਰੇ ਪਿਆਰੇ ਦੇਸ਼ ਵਾਸੀਓ ਭਾਰਤ ਦੀ ਖੂਬਸੂਰਤੀ ਇਤੋਂ ਦੀ ਬਨਸਬੰਤਾ ਤੇ ਸਾਡੀ ਸੰਸਕ੍ਰਿਤੀ ਦੇ ਬਖ ਬਖ ਰੰਗਿੰਚ ਵੀ ਸਮਾਈ ਦੀ ਹੈ ਮਿੱਕੀ ਇਹ ਦਿੱਖੀਏ ਖਰਾ ਲੱਗਦਾ ਹੈ ਜੇ ਕਿੰਨੇ ਕਾ ਲੋਕ ਨਿਸਵਾਰਥ ਪਾਵਨਾ ਕਰਨਾ ਹੈ ਭਾਰਤੀ ਸੰਸਕ੍ਰਿਤੀ ਦੇ ਸੰਰਖਣ ਤੇ ਇਸੀ ਸਜਾਣੇ ਸਵਾਰਨੇ ਦੇ ਯਤਨੇ ਚ ਜੁਟੇ ਦਿਨ ਤੁਸੀਂ ਵੀ ਐਸੇ ਲੋਕ ਭਾਰਤ ਦੇ ਹਰ ਇਸੇ ਚ ਮਿਲੀ ਜਾਂਗਨ ਇੰਦੇ ਚਾ ਵੱਡੀ ਗਿੰਤਰੀ ਉੰਦੀ ਵੀ ਹੈ ਜਿਹੜੇ ਭਾਸ਼ਾ ਦੇ ਖੇਤਰ ਚ ਕੰਮ ਕਰਾ ਕਰਦੇ ਨੇ ਜੰਮੂ ਕਸ਼ਮੀਰ ਚ ਗਾਂਦਰਬਲ ਦੇ ਮੁਹੰਮਦ ਮਾਨ ਸ਼ਾ ਜੀ ਪਿਛਲੇ ਤਰੰਗਦਕ ਕਿੰਧਮਾ ਗੋਜਰੀ ਪਹਾੜਾਂ ਕੀ ਸੰਰਖਸ਼ਿਤ ਕਰਨ ਦੇ ਯਤਨਾਂ ਚ ਜੁਟੇ ਦਿਨ ਉਹ ਗੁੱਜਰ ਬੱਕਰਬਾਲ ਸਮੁਦਾਇਤਾਂ ਆਉਂਦੇ ਨੇ ਜਿਹੜਾ ਜੀ ਇੱਕ ਜਨਜਾਤੀ ਸਮੁਦਾ ਹੈ ਉਹਨੇ ਕੀ ਬਚਪਨ ਚ ਪੜਾਈ ਲਈ ਕਰਟਨ ਮਿਹਨਤ ਕਰਨੀ ਪਉਂਦੀ ਹੀ ਉਹ ਆ ਰੋਜ਼ 20 ਕਿਲੋਮੀਟਰ ਦਾ ਪੈਂਡਾ ਪੈਦਲ ਤੈਅ ਕਰਦੇ ਹੀ ਇਸ ਸੇ ਚਾਲੀ ਦੀ ਚੁਣੌਤੀਆਂ ਮਜਟਾ ਉਹਨੇ ਮਾਸਟਰਸ ਦੀ ਡਿਗਰੀ ਹਾਸਲ ਕੀਤੀ ਤੇ ਨੇਚ ਗਏ ਉਹਦਾ ਆਪਣੀ ਪਹਾੜਾਂ ਕੀ ਸੰਰਖਸ਼ਿਤ ਕਰਨ ਦਾ ਨਿਸ਼ਚੈ ਪੱਕਾ ਹੁਆ ਸਾਇਤ ਦੇ ਖੇਤਰ ਚ ਮਾਨਸ਼ਾ ਜੀ ਉਹਦੇ ਕੰਮੇ ਦਾ ਦਾਇਰਾ ਇੰਨਾ ਵੱਡਾ ਹੈ ਜੇ ਇਸੀ ਕਰੀਬ 50 ਸੰਸਕਰਣੇ ਚ ਸਹਿਜਿਆ ਗਿਆ ਹੈ ਇੰਦੇ ਚ ਕਵਿਤਾ ਤੇ ਲੋਕ ਗੀਤ ਵੀ ਸ਼ਾਮਲ ਨੇ ਉਹਨੇ ਕਈ ਕਿਤਾਬੇ ਦਾ ਅਨੁਵਾਦ ਗੋਜਰੀ ਭਾਸ਼ਾ ਚ ਕੀਤਾ ਹੈ ਸਾਥੀਓ ਅਰੁਣਾਚਲ ਪ੍ਰਦੇਸ਼ ਚ ਤਿਰਪ ਦੇ ਬਨਵੰਗ ਲੋਸੂਜੀ ਇੱਕ ਟੀਚਰ ਨੇ ਉਹਨੇ ਵਨਚੋ ਭਾਸ਼ਾ ਦੇ ਪ੍ਰਸਾਰ ਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ ਇਹ ਭਾਸ਼ਾ ਅਰੁਣਾਚਲ ਪ੍ਰਦੇਸ਼ ਨਗਾਲੈਂਡ ਤੇ ਅਸਮ ਦੇ ਕਿਛ ਇਸ ਇੰਚ ਬੋਲੀ ਜਾਂਦੀ ਹੈ। ਉਹਨੇ ਇੱਕ ਲੈਂਗੁਏਜ ਸਕੂਲ ਬਣਵਾਉਣੇ ਦਾ ਕੰਮ ਕੀਤਾ ਹੈ। ਵਾਂਚੋਪਾਸ਼ਾ ਦੀ ਇੱਕ ਲਿਪੀ ਵੀ ਤਿਆਰ ਕੀਤੀ ਹੈ। ਉਹ ਆਉਣ ਵਾਲੀ ਪੀੜ੍ਹੀਆਂ 'ਗੀ ਵੀ ਵਾਂਚੋਪਾਸ਼ਾ ਸਿਖਾ ਕਰ ਦੇਣ ਤਾਂ ਜੀ ਇਸੇ ਲੁਪਤੋਂ ਨਿਸ਼ਬ ਬਚਾਇਆ ਜਾイ ਸਕੇ। ਸਾਥੀਓ, ਸੜੇ ਦਸ ਸਾਲਾਂ ਚ ਬੜੇ سارے ਐਸੇ ਲੋਕ ਵੀ ਹਨ ਜਿਹੜੇ ਗੀਤਾਂ ਤੇ ਨ੍ਰਿਤਿਆਂ ਦੇ ਮਾਧਿਅਮ ਕਨ ਆਪਣੀ ਸੰਸਕ੍ਰਿਤੀ ਤੇ ਪਾਸ਼ਾ ਗੇ ਸੰਰਖਸ਼ਿਤ ਕਰਨੇ ਚ ਜੁਟੇ ਦਿਨ। ਕਰਨਾਟਕਾ ਦੇ ਵੈਂਕੱਪਾ ਅੰਬਾਜੀ ਸੁਕੇਤਕਰਨ ਦਾ ਜੀਵਨ ਵੀ ਇਸ ਮਾਮਲੇ 'ਚ ਬੜਾ ਪ੍ਰੇਰਨਾ ਦੇਣ ਵਾਲਾ ਹੈ ਇੱਥੇ ਦੇ ਬਾਗਲਕੋਟ ਤੇ ਰਹਿਣ ਵਾਲੇ ਸੁਕੇਤਕਰ ਜੀ ਇੱਕ ਲੋਕ ਗਾਇਕ ਨੇ ਇਹਨੇ 1000 ਸ਼ਮਤੀ ਗੋਦਲੀ ਗੀਤ ਗਾਇਨ ਕੰਨੇ ਗਏ ਇਸ ਪਾਸਾ 'ਚ ਕਹਾਣੀਆਂ ਦਾ ਵੀ ਬੜਾ ਪ੍ਰਚਾਰ ਪ੍ਰਸਾਰ ਕੀਤਾ ਹੈ ਉਹਨੇ ਵਿਜਨ ਫੀਸ ਲੈਤੇ ਦੇ ਸੈਂਕੜੇ ਵਿਦਿਆਰਥੀਆਂ ਨੂੰ ਸਿਖਲਾਈ ਵੀ ਦਿੱਤੀ ਹੈ ਭਾਰਤ 'ਚ ਉਮੰਗ ਤੇ ਜੋਸ਼ ਕੰਨ ਅਪਰੋਚ ਦੇ ਐਸੇ ਲੋਕਾਂ ਦੀ ਕਮੀ ਨਹੀਂ ਜਿਹੜੇ ਸਾਡੀ ਸੰਸਕ੍ਰਿਤੀ ਕੀ ਲਗਾਤਾਰ ਸੱਗੋਸਾਰ ਬਣਾ ਕਰ ਦੇਨਾ ਤ ਉਸ ਵੀ ਇੰਦੇਸ਼ਾ ਪ੍ਰੇਰਣਾ ਲਾਓ ਕਿ ਆਪਣਾ ਕਰਨੇ ਦੀ ਕੋਸ਼ਿਸ਼ ਕਰੋ ਤੁਸੀਂ ਕੀ ਬੜੇ ਸੰਦੋਖ ਦਾ ਅਨੁਭਵ ਹੋਗ ਮੇਰੇ ਪਿਆਰੇ ਦੇਸ਼ਵਾਸੀਓ ਦੋ ਦਿਨ ਪਹਿਲੇ ਗਏ ਮੈਂ ਵਾਰਾਨਸੀ ਚਾ ਤੇ ਉੱਥੇ ਮੈਂ ਇੱਕ ਬੜੀ ਗਏ ਸ਼ਾਨਦਾਰ ਫੋਟੋ ਪ੍ਰਦਰਸ਼ਨੀ ਦਿਖੀ ਕਾਸ਼ੀ ਤੇ ਆਲੇ ਦੁਆਲੇ ਦੇ ਯੁਵਾਇਂ ਕੈਮਰੇ ਪਰ ਜਿਹੜੇ ਪਲ ਕੈਪਚਰ ਕੀਤੇ ਨਾ ਉਹ ਅਦਭੁਤ ਨ ਇੰਦੇ ਚ ਬੜੀ ਫੋਟੋਗ੍ਰਾਫੀ ਐਸੀ ਹੈ ਜਿਹੜੀ ਮੋਬਾਈਲ ਕਨੇ ਖਿੱਚੀ ਗਈ ਹੀ ਅਕੀ ਅੱਜ ਜਿਹਦੇ ਕੋਲ ਮੋਬਾਈਲ ਹੈ ਉਹ ਇੱਕ ਕੰਟੈਂਟ ਕ੍ਰੀਏਟਰ ਬਣ ਗਿਆ ਹੈ ਲੋਕਾਂ ਕੀ ਆਪਣਾ ਹੁਨਰ ਤੇ ਪ੍ਰਤਿਭਾ ਦੱਸਣੇ ਚ ਸੋਸ਼ਲ ਮੀਡੀਆ ਨੇ ਵੀ ਬੜੀ ਮਦਦ ਕੀਤੀ ਹੈ ਭਾਰਤ ਦੇ ਸੜੇ ਯੁਵਾ ਸਾਥੀ ਕੰਟੈਂਟ ਕ੍ਰੀਏਸ਼ਨ ਦੇ ਖੇਤਰ ਚ ਕਮਾਲ ਕਰਾ ਕਰ ਦੇਣਾ ਭਾਵੇਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੋਵੇ ਤੁਸੀਂ ਕੀ ਬੱਕ ਬੱਕ ਵਿਸ਼ੇ 'ਤੇ ਬੱਕ ਬੱਕ ਸਮਗਰੀ ਸਾਂਝੀ ਕਰਦੇ ਸੜੇ ਯੁਵਾ ਸਾਥੀ ਮਿਲੀ ਗਜਾਂਗਨ ਸੈਲਫ ਸਫਾ ਹੋਇਆ ਸਮਾਜ ਦੀ ਕਾਮੂ ਹੈ ਲੋਕਾਂ ਦੀ ਸ਼ਮੂਲੀਅਤ ਹੋ ਹੈ ਇਹ ਪੀ ਪ੍ਰੇਰਣਾ ਦੇਣ ਵਾਲੀ ਜੀਵਨ ਯਾਤਰਾ ਇੰਦੇ ਕਨੇ ਜੁੜੇ ਦੇ ਪਾਂਤ ਪਾਂ ਦੇ ਕੰਟੈਂਟ ਸੋਸ਼ਲ ਮੀਡੀਆ ਪਰ ਮੌਜੂਦ ਨਾ ਕੰਟੈਂਟ ਕ੍ਰੀਏਟ ਕਰਾ ਕਰਦੇ ਦੇ ਦੇਸਾਂ ਦੀ ਯੁਵਾੰਦੀ ਆਵਾਜ਼ ਅੱਜ ਬੜੀ ਅਸਰਦਾਰ ਬਣੀ ਗਈ ਹੈ। ਉਹਨਾਂ ਦੀ ਪ੍ਰਤਿਭਾ 기 ਸਨਮਾਨ ਦੇਣ ਲਈ ਦੇਸੱਚ ਨੈਸ਼ਨਲ ਕ੍ਰੀਏਟਰਸ ਐਵਾਰਡ ਸ਼ੁਰੂ ਕੀਤਾ ਗਿਆ ਹੈ। ਇਹਦੇ ਤਹਿਤ ਬਖ ਬਖ ਸ਼੍ਰੇਣੀ ਚ ਓਕੜੇ ਬਦਲਾਵ ਅਨਣ ਵਾਲੇ ਲੋਕਾਂ ਕੀ ਸਨਮਾਨਿਤ ਕਰਨ ਦੀ ਤਿਆਰੀ ਹੈ ਜਿਹੜੇ ਸਮਾਜਿਕ ਤਬਦੀਲੀ ਦੀ ਅਸਰਦਾਰ ਆਵਾਜ਼ ਬਨਣੇ ਵਾਸਤੇ ਟੈਕਨੋਲੋਜੀ ਦਾ ਇਸਤੇਮਾਲ ਕਰਾਕਰ ਦਿਨ ਇੱਕ ਕੰਟੈਂਟ ਮਾਈ ਗੋਫ ਪਰ ਚਲਾ ਕਰਦਾ ਹੈ ਤੇ ਮੈਂ ਕੰਟੈਂਟ ਕ੍ਰੀਏਟਰਸ ਕੀ ਇਹਦੇ ਕਰਨੇ ਜੁੜਨੇ ਲਈ ਗੁਜ਼ਾਰਿਸ਼ ਕਰਗਾ ਤੁਸ ਵੀ ਜੇਕਰ ਐਸੇ ਦਿਲਚਸਪ ਕੰਟੈਂਟ ਕ੍ਰੀਏਟਰਸ ਕੀ ਜਾਣਦੇ ਹੋ ਤਾਂ ਉਹਨੇ ਕੀ ਨੈਸ਼ਨਲ ਕ੍ਰੀਏਟਰਸ ਐਵਾਰਡ ਲਈ ਪੱਕ ਗਏ ਨਾਮਜ਼ਦ ਕਰੋ ਮੇਰੇ ਪਿਆਰੇ ਦੇਸ਼ਵਾਸੀਓ ਮੈਗੇ ਇਸ ਗੱਲ ਆ ਦੀ ਖੁਸ਼ੀ ਹੈ ਜੇ ਕਿਸ਼ ਦਿਨ ਪਹਿਲੇ ਹੈ ਚੋਣ ਆਯੋਗ ਨੇ ਇੱਕ ਹੋਰ ਅਭਿਆਨ ਦੀ ਸ਼ੁਰੂਆਤ ਕੀਤੀ ਹੈ ਮੇਰਾ ਪਹਿਲਾ ਵੋਟ ਦੇਸ਼ ਕੇ ਲਈ ਇਧਰਾਂ ਖਾਸ ਤੌਰੇ ਪਰ ਫਰਸਟ ਟਾਈਮ ਵੋਟਰਸ ਕੀ ਮਤੀਸ਼ਾ ਮਤੀ ਗਿੰਤਰੀ ਚ મતદાન ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ ਭਾਰਤ ਕੀ ਜੋਸ਼ ਤੇ ਊਰਜਾ ਕਨ ਐਪਰੋਚੀ ਦੀ ਆਪਣੀ ਯੁਵਾ ਸ਼ਕਤੀ ਪਰ ਗਰਵ ਸੜੇ ਯੁਵਾ ਸਾਥੀ ਚੁਣਾਈ ਪ੍ਰਕਿਰਿਆ ਚ ਜਿੰਨੀ ਮਤੀ ਸ਼ਮੂਲੀਅਤ ਕਰੰਗਨ ਇਹਦੇ ਨਤੀਜੇ ਦੇਸ ਲਈ ਉਨੇ ਗੇ ਲਾਹ ਕਰ ਯੁੰਗਨ ਮੈਂ ਵੀ ਫਰਸਟ ਟਾਈਮ ਵੋਟਰਸ ਕੀ ਗੁਜ਼ਾਰਿਸ਼ ਕਰਗਾ ਜਿਓ ਰਿਕਾਰਡ ਗਿੰਤਰੀ ਚ ਵੋਟ ਕਰਨ 18 ਦਾ ਉਹਨੇ ਦੇ ਬਾਅਦ ਤੁਸੀਂ ਕੀ 18ਵੀਂ ਲੋਕ ਸਭਾ ਲਈ ਸਦਸ્ય ਚੁਣਨੇ ਦਾ ਮੌਕਾ ਮਿਲਾ ਕਰਦਾ ਹੈ। ਯਾਨੀ 18ਵੀਂ ਲੋਕ ਸਭਾ ਵੀ युवा ਆਸੇ ਮੇਦਨ ਦੀ ਪ੍ਰਤੀਕੋਗ। ਇਸ ਕਰੀਏ ਤੁੰਦੇ ਵੋਟ ਦਾ ਮਤਵ ਹੋਰ ਬਧਿ ਗਿਆ ਹੈ। ਆਮ ਚੁਣਾਈਂ ਦੀ ਇਸ ਅਲਚਲ ਦੇ ਵਿੱਚ ਤੁਸੀਂ ਯੁਵਾ ਨਾ ਛੜਾ ਰਾਜਨੀਤਿਕ ਗਤੀਵਿਧੀਆਂ ਦਾ ਹਿੱਸਾ ਬਣੋ। ਸਗੁਆ ਇਸ ਚਰਚਾ ਤੇ ਬਹਿਸ ਲਈ ਵੀ ਜਾਗਰੂਕ ਬਣੇਦੇ ਰਹੋ ਤੇ ਚੇਤਾ ਰੱਖੋ ਮੇਰਾ ਪਹਿਲਾ ਵੋਟ ਦੇਸ਼ ਕੇ ਲਈ ਹੈ। మే దిసేదే ఇన్ఫ్లుయెన్సర్స్ గే బి గుజారిష్ కరం పమియో ఖేడ్ జగత్దేన్ ఫిల్మ్ జగత్దేన్ సాహిత్య జగత్దేన్ దుగే పేషేవరున్ యా సడే ఇన్‌స్టాగ్రామ్ తే యూట్యూబ్దే ఇన్ఫ్లుయెన్సర్ జోన్ ఉబ్బీ ఇస్ అభ్యాన్ చే బది చడియే మత్తాదాతాయ్ గీ ప్రేరితకరణ సాథియో మన్ కి బాత్ ఇస్ ఎపిసోడ్ చే మేరే కన్న ఇన్నగ దే సచ్ లోక్సభ చునాయ్ దా మాహల్ హై తే జనియాజే పిచ్లీ బారి హువా ఖ మే దే జే మార్చ్ దే మీనే చ ఆచార్ సంగీతా బి లగి జాగ ਇਹ ਮੰਨ ਕੀ ਬਾਤ ਦੀ ਬੜੀ ਵੱਡੀ ਕਾਮਯਾਬੀ ਹੈ ਜੇ ਪਿਛਲੇ 110 ਐਪੀਸੋਡ ਚ ਅਸੀਂ ਇਸੀ ਸਰਕਾਰ ਦੇ ਪਰਛਾਵੇਂ ਕੋਲ ਆ ਵੀ ਦੂਰ ਰੱਖਿਆ ਹੈ ਮੰਨ ਕੀ ਬਾਤ ਚ ਦੇਸ਼ ਦੀ ਸਮੂਹਿਕ ਤਾਕਤ ਦੀ ਗੱਲ ਹੁੰਦੀ ਹੈ ਦੇਸ਼ ਦੀ ਉਪਲਬਧੀ ਦੀ ਗੱਲ ਹੁੰਦੀ ਹੈ ਇੱਕ ਚਾਲੀ ਕਰਨਾ ਜਨਤਾ ਦਾ ਜਨਤਾ ਲਈ ਜਨਤਾ ਅਸਿਆ ਤਿਆਰ ਹੋਣੀ ਹੈਲਾ ਕਾਰਕਰਮ ਹੈ ਪਰ ਵੀ ਵੀ ਰਾਜਨੀਤਿਕ ਮਰਿਆਦਾ ਦੀ ਪਾਲਣਾ ਕਰਦੀ ਹੋਈ ਲੋਕ ਸਭਾ ਚੁਣਾਈ ਦੇ ਇਹਨੇ ਦਿਨ ਚ ਉਹ ਅਗਲੇ ਤ੍ਰਮਿਨ ਨੇ मन की बात का प्रसार नहीं होग। उन जिसले तुंदे तुँ मन की बात च संवाद होगा मन की बात एक सौ ग्यारहवें एपिसोड हो अगली बारी मन की बात की शुरुआत एक सौ ग्यारह के शुभ नंबर हो खरा भला के पर साथियों तुसे मेरा एक कम करते रोना है मन की बात भावें त्रौ महीने रुका कर पर दसै उपलब्धियां थोड़े रुकंग इस करिए तुस मन की बात हैशटैग के समाज समाजी उपलब्धियों देसा दिए की सोशल मीडिया पर पाते रवे किश समय पहले एक युवा ने मिगी एक शैल सुझा दा सुझा ए जे मन की बात के हून तगर के एपिशोड चा निे निे वीडियो यू ट्यूब शॉट्स के रूप स इस करिए मन की बात के श्रोताएं की गुजारिश करूँ ऐसे शॉर्ट्स की बड़ा मता मांझा करो साथियों जिसले अगली बारी तुंदे तुम्हें संवाद होगा ਤਾਪੀ ਨਮੀ ਊਰਜਾ ਨਮੀ ਜਾਣਕਾਰੀਆਂ ਦੇ ਕੰਨੇ ਤੋਂ ਦੇ ਕੰਨੇ ਮਿਲਗਾ ਤੂ ਸਪਨਾ ਧਿਆਨ ਰੱਖੋ ਮਤਾ ਮਤਾ ਤਨਵਾਦ ਨਮਸਕਾਰ